ਪਹਿਲਾਂ ਪਤੀ ਪਤਨੀ ਦੀ ਲੜਾਈ ਹੋਈ ਤੇ ਆਪਣੀ ਪਤਨੀ ਦੀ ਕੁੱਟਮਾਰ ਕਰਨ ਤੋਂ ਬਾਅਦ ਜਵਾਈ ਨੇ ਆਪਣੇ ਸਹੁਰਿਆਂ ਦੇ ਘਰ ਨੂੰ ਹੀ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ। ਘਰ 'ਚ ਮੌਜੂਦ ਮੈਂਬਰਾਂ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ ਹੈ। ਪੀੜਤ ਲੜਕੀ ਦਾ ਕਹਿਣਾ ਹੈ ਕਿ ਉਸਦਾ ਪਤੀ ਨਸ਼ੇ ਦਾ ਆਦੀ ਹੈ ਤੇ ਨਸ਼ਿਆਂ ਪਿੱਛੇ ਹੀ ਉਸਦਾ ਘਰ ਵਾਲਾ ਉਸਨੂੰ ਕੁੱਟਦਾ ਮਾਰਦਾ ਤੇ ਨਸ਼ੇ ਦੀ ਮੰਗ ਕਰਦਾ ਤੇ ਖੁੰਦਕ ਚਾ ਕੇ ਉਸਨੇ ਘਰ ਨੂੰ ਹੀ ਅੱਗ ਲਗਾ ਦਿੱਤੀ ਅਤੇ ਉਸਦੇ ਉੱਤੇ ਵੀ ਤੇਲ ਪਾ ਕੇ ਉਸਨੂੰ ਫੂਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਅਤੇ ਉਸਦਾ ਪਤੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਤੇਜ਼ ਧਾਰ ਹਥਿਆਰ ਮਾਰ ਕੇ ਜ਼ਖਮੀ ਕਰਕੇ ਹੈ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਆ ਤੇ ਇਸ ਮਾਮਲੇ ਸੰਬੰਧੀ ਆਪਣੀ ਜਾਂਚ ਦੇ ਵਿੱਚ ਜੁਟ ਗਈ ਹੈ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਰਾਤੀ ਮੈਂ ਆਪਣੇ ਸਹੁਰੇ ਸੀ, ਸਾਡੀ ਆਪਸ 'ਚ ਲੜਾਈ ਹੋਈ, ਉਹਨੇ ਮੈਨੂੰ ਕੁੱਟਿਆ ਮਾਰਿਆ, ਮੇਰੇ ਨਿਸ਼ਾਨ ਪਾਏ ਹੋਏ, ਨੀਲ ਪਏ ਹੋਏ। ਮੈਂ ਆਪਣੇ ਚਾਚੀ ਚਾਚੂ ਨੂੰ ਫੋਨ ਕੀਤਾ, ਇਹ ਮੈਨੂੰ ਲੈਣ ਆਏ, ਮੇਰੀ ਚਾਚੀ ਨੂੰ ਪੌੜੀਆਂ 'ਚੋਂ ਧੱਕਾ ਮਾਰਤਾ, ਚਾਚੂ ਦੇ ਸਿਰ 'ਤੇ ਗਮਲੇ ਮਾਰੇ, ਹੱਥੋਂ ਪਾਈ ਕੀਤੀ, ਮੇਰੇ ਚਾਚੂ ਹੋਣਾ ਨੂੰ ਘਰੇ ਗਿਆ ਨੂੰ ਕੁੱਟਿਆ, ਮੇਰੇ ਚਾਚੂ ਹੋਣਾ ਨੇ ਛੱਡ ਦਿੱਤਾ, ਕਹਿੰਦੇ ਕੋਈ ਨਾ। ਉਸ ਤੋਂ ਬਾਅਦ ਦੁਪਹਿਰੇ ਉਹਨੇ ਮੌਕਾ ਦੇਖਿਆ, ਆਪਣੀ ਫੈਮਿਲੀ ਨੂੰ ਲੈ ਕੇ ਆਇਆ, ਮੇਰੀ ਸੱਸ ਵੀ ਆਈ ਸੀ, ਦਿਓਰ ਵੀ ਆਇਆ ਸੀ, ਆਪ ਵੀ, ਉਹ ਮੋੜ 'ਤੇ ਖੜ੍ਹ ਗਏ, ਇਕੱਲਾ ਅੰਦਰ ਆਇਆ, ਅੱਗ ਲਾ ਕੇ ਚਲਾ ਗਿਆ ਬੱਸ ਅੱਡੇ ਫੌਜੀ ਮਹੱਲੇ 4 ਨੰਬਰ ਗਲੀ। ਸਾਰਾ ਘਰ ਨੂੰ ਹੀ ਅੱਗ ਲੱਗ ਗਈ। ਕੁਛ ਨਹੀਂ, ਨਸ਼ੇ ਕਰਦਾ ਵਾ, ਨਸ਼ਾ ਪਿੱਛੇ ਮੈਨੂੰ ਕੁੱਟਦਾ, ਮੈਨੂੰ ਨਸ਼ੇ ਲਿਆ ਕੇ ਦੇ, ਤਾਂ ਕਰਕੇ। ਹਾਂਜੀ ਕੀਤੀ ਆ, ਸੁਣਦੇ ਹੀ ਨਹੀਂ ਪਏ। ਅਸੀਂ ਕਹਿ ਰਹੇ ਹਾਂ ਵੀ ਮੈਨੂੰ ਉਹਨਾਂ ਰਾਤੋਂ ਰਾਤ ਚੱਕਣੇ ਚਾਹੀਦੇ, ਮੈਨੂੰ ਸਾਰੇ ਟਿਕਾਣੇ ਪਤਾ, ਇਹ ਕਹਿ ਰਹੇ ਆਪਣੀ ਗੱਡੀ ਮੇਰੇ ਮਾਰਾ ਲੱਗਾ ਸੀ, ਤੇਲ ਪਾਣ ਆਇਆ, ਮੈਂ ਮੰਡੀ ਭੱਜੀ, ਖੁੰਦਕ 'ਚ ਘਰ ਨੂੰ ਅੱਗ ਲਾ ਗਿਆ, ਮੇਰੀ ਮਾਸੀ ਦੇ ਟੋਕਾ ਮਾਰ ਕੇ ਗਿਆ, ਮੇਰੇ ਮਾਰੇ ਲੱਗਾ, ਚਾਚੀ ਮਾਸੀ ਮੇਰੀ ਨੇ ਮੈਨੂੰ ਬਚਾਇਆ, ਮੇਰੀ ਮਾਸੀ ਦੇ ਵੱਜਿਆ। ਸਰ ਇੱਦਾਂ ਹੋਇਆ ਸੀ, ਅਸੀਂ ਫੰਕਸ਼ਨ 'ਤੇ ਸੀ, ਕਿਤੇ ਵਿਆਹ 'ਤੇ ਸੀ, ਵਿਆਹ 'ਤੇ ਸੀ, ਇਹਦਾ ਫੋਨ ਆਇਆ ਕੁੜੀ ਦਾ ਵੀ ਇੱਦਾਂ ਦਾ ਮੈਨੂੰ ਕੁੱਟਦਾ ਪਿਆ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਅਸੀਂ ਆਉਂਦੇ ਹਾਂ। ਅਸੀਂ ਚਲੇ ਗਏ ਉਹਨਾਂ ਦੇ ਘਰੇ, ਮੈਂ ਤਾਂ ਗਿਆ ਨਹੀਂ ਪਹਿਲਾਂ, ਮੇਰੇ ਘਰ ਦੇ ਗਏ, ਨਾਲ ਭਾਬੀ ਸੀ, ਮੇਰੇ ਬੱਚੇ ਸੀ, ਮੇਰੇ ਗਏ, ਇਹਨਾਂ ਨਾਲ ਬਹਿਸਬਾਜ਼ੀ ਹੁੰਦੀ ਸੀ। 10 ਮਿੰਟ ਮੈਂ ਗਿਆ ਉੱਥੇ, 10 ਮਿੰਟ ਬਾਅਦ ਮੈਂ ਜਾ ਕੇ ਚੱਲ ਇਹਨੂੰ ਬੋਲਿਆ, ਮੈਂ ਕਿਹਾ ਤੂੰ ਕਿਉਂ ਇੱਦਾਂ ਕਰਦਾ ਪਿਆ, ਵੀ ਚੱਲ ਕਰ ਨੂੰ ਤੂੰ ਆਪਣੇ ਘਰ 'ਚ ਕਲੇਸ਼ ਪਾਉਂਦਾ, ਵੀ ਘਰ ਨਹੀਂ ਚੰਗਾ ਲੱਗਦਾ ਤਾਂ ਕਲੇਸ਼ ਪਾਉਂਦੇ। ਇੱਥੋਂ ਤੱਕ ਕਿ ਮੈਨੂੰ ਵੀ ਬੋਲਣ ਲੱਗ ਗਿਆ, ਗਾਲਾਂ ਕੱਢਣ ਲੱਗ ਗਿਆ, ਮੈਂ ਫਿਰ ਚੁੱਪ ਕਰ ਗਿਆ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਹੈ ਨਾ, ਵੀ ਤੁਹਾਨੂੰ ਫਿਰ ਵੀ ਅਸੀਂ ਥੱਲੇ ਆ ਗਏ, ਥੱਲੇ ਆਉਂਦੇ ਮੇਰੇ ਘਰਦਿਆਂ ਨੂੰ ਧੱਕਾ ਮਾਰਿਆ ਨੇ ਪੌੜੀਆਂ 'ਚੋਂ, ਫਿਰ ਉਸ ਤੋਂ ਬਾਅਦ ਸਾਡੀ ਹੱਥੋਂ ਪਾਈ ਹੋਈ ਨਾ, ਇਹਨੇ ਗਮਲੇ ਗਮਲੇ ਚੱਕ ਕੇ ਮਾਰ ਲੱਗ ਗਿਆ। ਅਸੀਂ ਉੱਥੋਂ ਆਪਣੀ ਮਤਲਬ ਕਿ ਜਿੱਦਾਂ ਵੀ ਜਾਨ ਬਚਾ ਕੇ ਬੱਚੇ ਨਾਲ ਸੀ, ਅਸੀਂ ਇੱਥੋਂ ਆ ਗਏ, ਰਾਤ ਕੋਈ ਗੱਲ ਨਹੀਂ ਹੋਈ, ਕੁਛ ਨਹੀਂ ਹੋਇਆ, ਇਹ ਵੀ ਆਪਣੇ ਘਰੇ ਸੌਂ ਗਏ, ਅਸੀਂ ਵੀ ਸੌਂ ਗਏ ਆ ਕੇ। ਅੱਜ ਸਵੇਰੇ ਘਰੇ ਕੋਈ ਨਹੀਂ ਹੈਗਾ ਸੀ, ਇਹਨੇ ਆ ਕੇ ਪੈਟਰੋਲ ਪਾ ਕੇ ਪਹਿਲਾਂ ਤਾਂ ਕੁੜੀ 'ਤੇ ਪਾਉਣ ਲੱਗਿਆ, ਇਹਨੇ ਭੱਜ ਕੇ ਜਾਨ ਬਚਾਈ ਆਪਣੀ ਮੰਡੀ ਦੇ ਵਿੱਚ ਜਾ ਕੇ ਟੇਬਲਾਂ ਥੱਲੇ ਲੁੱਕ ਗਈ। ਉਸ ਤੋਂ ਬਾਅਦ ਬੱਚੇ ਮੇਰੇ ਘਰੇ ਹੀ ਛੋਟੇ ਛੋਟੇ, ਉਹਨਾਂ ਨੇ ਵੀ ਆਪਣੀ ਜਾਨ ਬਚਾਈ ਭੱਜ ਕੇ, ਇਹਨੇ ਤੇਲ ਪਾ ਕੇ ਸਾਰਾ ਘਰ ਫੂਕਤਾ ਮੇਰਾ, ਬਾਕੀ ਤੁਸੀਂ ਦੇਖ ਹੀ ਰਹੇ ਸਾਰਾ ਘਰ, ਇਹਨੇ ਤੇਲ ਫੂਕ ਕੇ ਸਾਰੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਰਾਤੀ ਇਹਨੇ ਧਮਕੀ ਵੀ ਦਿੱਤੀ, ਮੇਰੇ ਬੱਚੇ ਵੀ ਮਾਰਦੇ ਨੇ। ਲੜਾਈ ਬਸ ਆ ਕੁੜੀਆਂ ਪਿੱਛੇ ਹੋ ਰਹੀ, ਉਹਨੂੰ ਕੁੱਟਦਾ ਮਾਰਦਾ ਨਸ਼ੇ ਕਰਦਾ। ਮੰਗ ਅਸੀਂ ਇਨਸਾਫ ਚਾਹੁੰਦੇ ਵੀ ਸਾਡਾ ਜੋ ਇਹਨੇ ਨੁਕਸਾਨ ਕੀਤਾ, ਠੀਕ ਆ, ਉਹ ਸਾਡਾ ਘਰ ਸਹੀ ਕਰਾ ਕੇ ਦੇਵੇ ਤੇ ਜੋ ਬਣਦੀ ਕਾਰਵਾਈ ਇੱਥੇ ਕੀਤੀ ਜਾਵੇ। ਇਹ ਆਪਣੇ ਸ਼ਿਮਲਾ ਭਰੀ ਆ ਜੀ, ਬਰੋਟਾ ਰੋਡ। ਜੀ ਸਰ ਕੀ ਨਾਮ ਤੁਹਾਡਾ ਜੀ? ਮੈਂ ASI ਜਰਨੈਲ ਸਿੰਘ, ਖਾਣਾ ਢਾਬਾ ਲੁਧਿਆਣੇ ਤੋਂ ਬੋਲਦਾ। ਅੱਜ ਇੱਕ ਸਾਨੂੰ ਟੈਲੀਫੋਨ ਮਸ਼ਹੂਰ ਹੋਇਆ ਸੀ, ਜੋਤੀ ਪੁੱਤਰੀ ਕੁਲਵੰਤ ਸਿੰਘ, ਬਾਸੀ ਗਲੀ ਨੰਬਰ 5, ਮੰਨਾ ਗੋਬਿੰਦ ਨਗਰ। ਜਿਹਦਾ ਦੱਸਿਆ ਕਿ ਮੇਰੇ ਘਰ ਵਾਲਾ ਮਨਪ੍ਰੀਤ ਔਰ ਲੱਲਾ ਮਨਜੀਤ ਨਗਰ ਵਿਆਹੀ ਨੇ, ਚਾਰ ਸਾਹਿਬ ਤੋਂ। ਸਾਡਾ ਕੋਈ ਘਰੇਲੂ ਝਗੜਾ ਜੀ। ਕੱਲ੍ਹ ਮੇਰਾ ਚਾਚਾ ਜੀ ਮੇਰੇ ਰਾਤ ਲੈ ਕੇ ਆਏ ਜੀ,
ਜਿਹਨੇ ਅੱਜ ਆ ਕੇ ਮੇਰੇ ਘਰ ਵਾਲੇ ਨੇ ਮੇਰੇ ਘਰ ਆ ਕੇ ਵੱਧ ਘੱਟ ਬੋਲਿਆ ਅਤੇ ਮੈਨੂੰ ਗਾਲੀ ਗਲੋਚ ਕੀਤੀ ਅਤੇ ਮੇਰੇ ਘਰ ਨੂੰ ਅੱਗ ਲਾ ਕੇ ਚੱਲ ਗਿਆ। ਅੱਛਾ ਜੀ ਜੀ ਸਰ, ਇਹ ਕਿੱਥੇ ਰਹਿਣ ਵਾਲਾ ਮੁੰਡਾ ਅਤੇ ਕੀ ਨਸ਼ੇ ਦਾ ਦੀ ਜੀ? ਮਨਜੀਤ ਨਗਰ ਇੰਜਨ ਸ਼ੈੱਡ ਬੱਸ ਸਟੈਂਡ ਇੰਦੁਰਲਾ ਬਾਜ। ਅੱਛਾ, ਹੁਣ ਸਰ ਭਾਲ ਕੀਤੀ ਜਾ ਰਹੀ ਇਹਦੀ? ਉਹਦੀ ਭਾਲ ਕੀਤੀ ਆ, ਅਸੀਂ ਰੇਡ ਕਰੇ ਜੀ। ਅੱਛਾ, ਬਾਕੀ ਇਹਨਾਂ ਨੂੰ ਕਿਹਾ ਵੀ ਜੋ ਵੀ ਹੈ ਅਸੀਂ ਤੁਹਾਡੇ ਨਾਲ ਆ, ਜੋ ਅਗਲੀ ਕਾਰਵਾਈ ਹੋਊਗੀ ਅਮਲ 'ਚ ਲੈਂਦੇ। ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ? ਨੁਕਸਾਨ ਸਰ ਕਾਫੀ ਹੋ ਗਿਆ, ਪੀ ਓ ਪੀ ਵਗੈਰਾ ਜਾਂ ਐਲ ਡੀ ਕੀਤੀ ਹੋਈ, ਅੱਗ ਲੱਗ ਗਈ ਦੋ ਕਮਰੇ, ਬੈੱਡ ਅਲਮਾਰੀਆਂ, ਬਾਕੀ ਸੋਫਾ ਸੈੱਟ ਵਗੈਰਾ ਵੀ। ਦਾਦੂ ਤੁਸੀਂ ਮਾਰੇ ਕਰਦੇ ਇਹਨਾਂ ਦੇ? ਹਾਂ, ਦਾਦ ਤੋਂ ਮਾਰੇ, ਬਾਕੀ ਤਬਦੀਲ ਚੱਲਦੀ ਹੈ, ਤਬਦੀਲ ਤੋਂ ਬਾਅਦ ਜੋ ਵੀ ਅੱਗੇ ਸਾਹਮਣੇ ਆਊਗਾ ਕਾਰਵਾਈ ਅਮਲ 'ਚ ਲੈਂਦੇ। ਠੀਕ ਹੈ ਸਰ, ਕਿਹੜਾ ਏਰੀਆ ਸਰ ਇਹ? ਇਹ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 5 ਬਰੋਟਾ ਰੋਡ। ਠੀਕ ਹੈ, ਲੁਧਿਆਣਾ। ਠੀਕ ਹੈ।